ਅਸੀਂ ਜਾ ਰਹੇ ਹਾਂ ਜੀ ਪਾਉਂਟਾ ਸਾਹਿਬ ਨੂੰ, ਅਤੇ ਆਉਣ ਵਾਲੀ ਜਿਹੜੀ ਵੀਡੀਓਜ਼ ਨੇ ਆਪਣੀਆਂ ਪਾਉਂਟਾ ਸਾਹਿਬ ਦੀਆਂ ਆਉਣਗੀਆਂ। ਪਾਉਂਟਾ ਸਾਹਿਬ ਦੇ ਜਿਹੜੇ ਸਥਾਨ ਬਣੇ ਹੋਏ ਨੇ ਆਪਾਂ ਉਹ ਦੇਖਾਂਗੇ। ਅਸੀਂ ਨਾ ਰਾਹ 'ਚ ਰੁਕੇ ਸੀ ਢਾਬੇ ਦੇ ਉੱਤੇ ਚਾਹ ਪੀਣ ਲਈ, ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ, ਜਾਣੀ ਜਿਮ ਦੇ ਜਿਹੜੇ ਸ਼ੌਕੀਨ ਨੇ ਉਹ ਕੋਈ ਨਾ ਕੋਈ ਢੰਗ ਬਣਾ ਲੈਂਦੇ ਨੇ। ਤੁਸੀਂ ਆਹ ਦੇਖੋ ਵੀਰ ਨੇ ਨਾ ਜਿਮ ਕਰਨ ਦਾ ਸ਼ੌਕੀਨ ਆ ਮੁੰਡਾ, ਇਹ ਇਹਨੇ ਕਾਰਾਂ ਦੇ ਰਿਮਾਂ ਨਾਲ ਬਣਾ ਲਿਆ, ਦੇਖੋ ਤੁਸੀਂ ਵੇਟ ਵਾਲਾ ਚੱਕਣ ਵਾਲਾ, ਅਤੇ ਇੱਕ ਆਹ ਦੇਖੋ ਤੁਸੀਂ ਕਿੱਡਾ ਵਧੀਆ ਜਗਾਲ ਬਣਾਇਆ ਇਹਨੇ, ਆਹ ਵਾਲਾ ਦੇਖੋ ਜੀ, ਆਹ ਵਾਲਾ ਦੇਖੋ ਰੱਸੀ ਲਾ ਚੱਕ ਸਹੀ, ਆਹ ਦੇਖੋ ਬਹਿ ਕੇ ਡੋਲੇ ਲਾਉਣ ਲਈ, ਆਹ ਵਾਲਾ ਲੈ ਜਗਾੜ ਦੇਖੋ ਕਿੰਨਾ ਸੋਹਣਾ ਹੈ, ਜਿਹੜੀ ਦੇਸੀ ਜਗਾੜ ਆ ਇਹ, ਬਹੁਤ ਸੋਹਣਾ ਜਗਾੜ ਇਹ ਬਣਾ ਲਿਆ ਵੀਰ ਨੇ ਜਿਮ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟਰੈਵਲਰ ਉੱਤੇ ਸਵਾਗਤ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਟੋਕਾ ਸਾਹਿਬ ਦੇ ਦਰਸ਼ਨ ਕਰਾਂਗੇ ਜੀ, ਅਤੇ ਇਤਿਹਾਸ ਬਾਰੇ ਜਾਣਾਂਗੇ। ਇਸ ਵੀਡੀਓ ਤੋਂ ਬਾਅਦ ਜੀ ਆਪਾਂ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿਖੇ ਦਰਸ਼ਨ ਕਰਾਂਗੇ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ 'ਤੇ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ, ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਹੁਣ ਆਪਾਂ ਕਰਦੇ ਹਾਂ ਜੀ ਇਸ ਸਥਾਨ ਦੇ ਦਰਸ਼ਨ ਅਤੇ ਜਾਣਦੇ ਹਾਂ ਇਤਿਹਾਸ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਗਾਣੀ ਸਾਹਿਬ ਦਾ ਜੰਗ ਕੀਤਾ। ਜੰਗ ਕਰਨ ਤੋਂ ਬਾਅਦ 4.5 ਸਾਲ ਪਾਉਂਟਾ ਸਾਹਿਬ ਰਹੇ ਨੇ ਮਹਾਰਾਜ। ਉਸ ਤੋਂ ਬਾਅਦ ਫਿਰ ਮਹਾਰਾਜ ਕਪਾਲ ਮੋਚਨ ਆ ਗਏ। ਕਪਾਲ ਮੋਚਨ 52 ਦਿਨ ਰਹੇ। ਇਸ ਸਥਾਨ ਤੇ ਤਾਂ ਮਹਾਰਾਜ ਆਏ ਸੀ, ਮੇਦਿਨੀ ਪ੍ਰਕਾਸ਼ ਜਿਹੜਾ ਰਾਜਾ ਸੀ ਨਾਣ ਦਾ, ਉਹਨੇ ਮਹਾਰਾਜ ਨੂੰ ਯਾਦ ਕੀਤਾ ਮੈਂ ਮਿਲਣਾ ਚਾਹੁੰਦਾ ਮਹਾਰਾਜ ਨੂੰ। ਤੇ ਫਿਰ ਮਹਾਰਾਜ ਉਹਨਾਂ ਨੂੰ ਮਿਲਣ ਵਾਸਤੇ ਇੱਥੇ ਠਹਿਰੇ ਸੀ, ਤੇ ਲੇਕਿਨ ਫਿਰ ਮਹਾਰਾਜ ਨੂੰ ਨਾਣ ਵੀ ਜਾਣਾ ਪਿਆ ਸੀਗਾ ਬਾਅਦ ਦੇ ਵਿੱਚ, ਪਰ ਪਹਿਲਾਂ ਇੱਥੇ ਠਹਿਰੇ ਸੀ। ਇੱਥੇ ਮਹਾਰਾਜ 13 ਦਿਨ ਰਹੇ ਨੇ। ਇਹ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਹੈ, ਇਹ ਪਿੰਡ ਟੋਕੇ ਦੀ ਜ਼ਮੀਨ ਹੈ ਸਾਰੀ। ਇਹ ਗੁਰਦੁਆਰਾ ਸਾਹਿਬ ਹਿਮਾਚਲ ਦੇ ਵਿੱਚ, ਤੇ ਬਿਲਕੁਲ ਬਾਰਡਰ ਤੇ ਨਾਲੇ ਆਪਣਾ ਹਰਿਆਣਾ ਪੈ ਗਿਆ ਨਾਲ ਹੀ। ਇੱਥੇ 13 ਦਿਨ ਮਹਾਰਾਜ ਰਹੇ ਨੇ, ਤੇ ਜਿਹੜੇ ਮਹਾਰਾਜ ਦੇ 2 ਘੋੜੇ ਸੀ ਮੇਨ, ਜਿਹਦੇ ਤੇ ਮਹਾਰਾਜ ਆਪ ਸਵਾਰੀ ਕਰਦੇ ਸੀ। ਇਹ ਸਾਹਮਣੇ ਅਸਥਾਨ ਬਣ ਰਿਹਾ ਗੁਰਦੁਆਰਾ ਟੋਕਾ ਸਾਹਿਬ ਦਾ, ਮੇਨ ਅਸਥਾਨ ਸਾਡਾ ਬਣ ਰਿਹਾ ਵੱਡਾ। ਠੀਕ ਆ ਜੀ। ਇਹਦੇ ਅੱਗੇ ਫਿਰ ਇੱਥੇ 3 ਕਿੱਲੇ ਗੱਡੇ ਸੀ ਉਹਨਾਂ ਨੇ ਘੋੜਿਆਂ ਦੇ, ਮਹਾਰਾਜ ਨੇ ਜਿਵੇਂ ਭੰਗਾਣੀ ਸਾਹਿਬ ਜਾਮਣ ਦੇ ਕਿੱਲੇ ਨਾਲ। ਹਾਂਜੀ 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 ਅੱਛਾ। ਤੇ 3 ਕਿੱਲੇ ਗੱਡੇ ਸੀ ਤੇ 2 ਘੋੜੇ ਬੰਨੇ ਸੀ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਇਹ ਹਾਰੇ ਪਰੇ ਹੋ ਗਏ, ਅੱਜ ਤੱਕ ਵੀ ਖੜੇ ਨੇ। ਹੁਣ ਬਿਰਧ ਤੇ ਹੋ ਗਏ ਨੇ, ਕਿੰਨੇ ਸਾਲ ਹੋ ਗਏ ਨੇ। ਠੀਕ ਹੈ ਜੀ। ਇੱਥੇ ਮਹਾਰਾਜ 13 ਦਿਨ ਰਹੇ ਤੇ ਇੱਕ ਇਹਨਾਂ ਦੇ ਮਹਾਰਾਜ ਦੇ ਆਪਣੇ ਹੱਥ ਦਾ ਇੱਕ ਭਰਾ ਅੰਬ ਵੀ ਹੈ ਲਾਇਆ ਹੋਇਆ ਜੀ। ਹਾਂਜੀ ਹਾਂਜੀ, ਉਹ ਹੁਣ ਬਿਰਧ ਹੋ ਗਿਆ। ਅੱਛਾ ਜੀ। ਤੇ ਜੰਗਲੀ ਸੀ ਉਸ ਟਾਈਮ ਤੇ। ਉਸ ਤੋਂ ਬਾਅਦ ਫਿਰ ਇਸ਼ਨਾਨ ਪਾਣੀ ਕਰਕੇ ਫਿਰ ਮਹਾਰਾਜ ਥੱਲੇ ਆ ਕੇ ਸਾਰੇ ਜਿੰਨੇ ਸਿੰਘ ਸੀ ਉਹਨਾਂ ਨੂੰ ਦੱਸਦੇ ਸੀ, ਸੱਚ ਦਾ ਰਸਤਾ ਦੱਸਦੇ ਸੀ। ਇੱਥੇ ਜਿਹੜੇ ਮਹਾਰਾਜ ਨਾਲ ਊਂਟ ਤੇ ਘੋੜੇ ਸੀ ਨਾ ਸਿੰਘਾਂ ਦੇ, ਉਹ ਕੁਛ ਚੋਰੀ ਵੀ ਹੋ ਗਏ ਸੀ। ਅੱਛਾ ਜੀ। ਉਹ ਇਸ ਪਿੰਡ ਦੇ ਟੋਕੇ ਪਿੰਡ ਦੇ ਨੇ ਚੋਰੀ ਕਰਕੇ ਤੇ ਉਹ ਵੇਚਣ ਲੈ ਗਏ, ਲੈ ਜਾ ਰਹੇ ਸੀ ਅੱਗੇ ਪਿੰਡ ਲਾਹ ਹੁੰਦਾ, ਚੰਡੀਗੜ੍ਹ ਰੋਡ ਤੇ ਲਾਹ ਪਿੰਡ ਲਾਹਾ। ਹਾਂਜੀ। ਉੱਥੇ ਦਾ ਇੱਕ ਫਕੀਰ ਸੀ, ਉਹਨੇ ਵੇਖ ਲਿਆ ਵੀ ਇਹ ਘੋੜੇ ਆਮ ਤੇ ਖੇਡਦੇ ਹੈ ਨੀ, ਉਹਨੇ ਪੁੱਛ ਲਿਆ
ਕਹਿੰਦਾ ਸੱਚ ਦੱਸੋ ਤੁਸੀਂ, ਝੂਠ ਨਾ ਬੋਲੋ, ਤੁਸੀਂ ਐਸੇ ਸਥਾਨ ਤੋਂ ਆਏ ਹੋ। ਅਤੇ ਉਹਨਾਂ ਨੇ ਫਿਰ ਦੱਸਤਾ, ਉਹ ਕਹਿੰਦੇ ਵੀ ਨਾ ਅਸੀਂ ਤਾਂ ਹੁਣ ਉੱਥੇ ਜਾਣਾ ਮਹਾਰਾਜ ਕੋਲ। ਉਹਨਾਂ ਨੇ ਆ ਕੇ ਫਿਰ ਦੱਸਿਆ ਸੀ ਮਹਾਰਾਜ ਨੂੰ ਵੀ ਮਹਾਰਾਜ ਤੁਹਾਡੇ ਘੋੜੇ ਚੋਰੀ ਕਰਕੇ ਲੈ ਜਰੇ ਸੀ ਅਤੇ ਅਸੀਂ ਇਹਨਾਂ ਰੁਕ ਲਿਆ। ਅਤੇ ਫਿਰ ਮਹਾਰਾਜ ਨੇ ਉਹਨਾਂ ਨੂੰ ਅਤੇ ਸਾਧ ਸੰਗਤ ਜੀ ਜਿਹੜੇ ਟੋਕੇ 'ਤੇ ਜਿਹਨਾਂ ਨੇ ਚੋਰੀ ਕੀਤੀ ਸੀ ਉਹਨਾਂ ਕਿਹਾ ਤੁਹਾਨੂੰ ਟੋਟਾ ਰਹੇਗਾ, ਟੋਕੇ ਨੂੰ ਟੋਟਾ ਰਹੇਗਾ, ਟੋਟਾ 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 ਹਾਂਜੀ। ਅਤੇ ਜਿਹੜੇ ਲਾਏ ਦੇ ਜਿਹੜੇ ਫਕੀਰਾਂ ਨੇ ਦੱਸਿਆ ਸੀ ਆ ਕੇ ਉਹਨਾਂ ਦਾ ਸਦਾ ਲਾਹਾ ਹੀ ਰਹੇਗਾ। ਇਹ ਮਹਾਰਾਜ ਨੇ ਇੱਥੇ ਫਿਰ ਉਹਨਾਂ ਦੇ ਨਾਲ ਹਾਂਜੀ ਵਚਨ ਕੀਤਾ। ਇਹ ਜੀ ਬਹੁਤ ਵੱਡਾ ਸਥਾਨ ਹੈ, ਇੱਥੇ ਕੋਈ ਵੀ ਆਉਂਦਾ ਆ ਕੇ ਮਨ ਦੇ ਨਾਲ ਅਰਦਾਸ ਕਰੇ ਅਤੇ ਸਭ ਤੋਂ ਪਹਿਲਾਂ ਆ ਕੇ ਇੱਥੇ ਜਿਹੜਾ ਸਥਾਨ ਹੈ ਥੱਲੇ ਅਤੇ ਉੱਪਰ ਇਹਨਾਂ ਦੋਵਾਂ ਸਥਾਨਾਂ ਦੇ ਨਤਮਸਤਕ ਹੋ ਕੇ ਉਸ ਤੋਂ ਬਾਅਦ ਫਿਰ ਮਹਾਰਾਜ ਅੱਗੇ ਅਰਦਾਸ ਕਰਕੇ ਜਾਏ, ਉਹਦੀ ਅਰਦਾਸ ਸੰਪੂਰਨ ਹੁੰਦੀ ਹੈ। ਅੱਜ ਤੱਕ ਸਾਨੂੰ ਵੀ ਅਸੀਂ ਵੀ ਨੇੜੇ ਦੇ ਹੀ ਹਾਂ, ਇੱਥੇ ਹਮੇਸ਼ਾ ਰਹਿੰਦੇ ਹਾਂ ਤੇ ਅਖੰਡ ਪਾਠ ਸਾਹਿਬ ਵੀ ਚੱਲ ਰਹੇ ਨੇ ਹੁਣ ਇੱਥੇ, ਕਿਉਂਕਿ ਇੱਕ ਵਿਸਾਖੀ ਦਾ ਦਿਹਾੜਾ ਬਹੁਤ ਵੱਡਾ ਭਰਦਾ ਇੱਥੇ ਹਾਂਜੀ, ਬਹੁਤ ਵੱਡਾ ਭਰਦਾ, ਬਹੁਤ ਦੂਰ ਦੂਰ ਤੋਂ ਸੰਗਤ ਆਉਂਦੀ ਹੈ। ਅਤੇ ਬਾਕੀ ਪੂਰਨਮਾਸ਼ੀ ਹਰ ਮਹੀਨੇ 'ਤੇ ਪੱਕੀ ਹੈ ਜੀ, ਉਹ ਸਾਰੇ ਪਿੰਡਾਂ 'ਚ ਦਿੱਤੀ ਹੋਈ ਹੈ। ਅਤੇ ਇੱਥੇ ਜਦੋਂ ਵੀ ਆਓ ਤੇ ਜ਼ਰੂਰ ਮਹਾਰਾਜ ਨੂੰ ਨਤਮਸਤਕ ਹੋ ਕੇ ਜਾਓ ਅਤੇ ਜੋ ਵੀ ਮੰਗੋਗੇ ਸਭ ਕੁਛ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗੁਰਦੁਆਰਾ ਸਾਹਿਬ ਵਿੱਚ ਜੋੜਾ ਕਰ ਜਿੱਥੇ ਆਪਾਂ ਆਪਣੇ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਹ ਸਥਾਨ ਬਣਿਆ ਹੋਇਆ। ਆਓ ਜੀ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ ਜੀ, ਦਰਬਾਰ ਸਾਹਿਬ ਵੱਲ ਚੱਲੀਏ। ਆਓ ਚਲੀਏ ਜੀ ਹੁਣ ਆਪਾਂ ਦਰਸ਼ਨ ਕਰੀਏ ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਇਸ ਸਥਾਨ ਉੱਪਰ ਝੂਲਦਾ ਹੋਇਆ ਜੀ। ਇੱਥੋਂ ਆਪਾਂ ਦੇਗ ਤੇ ਕੜਾਹ ਪ੍ਰਸ਼ਾਦ ਲੈ ਸਕਦੇ ਹਾਂ। ਇਹ ਹੈ ਜੀ ਅੱਜ ਦਾ ਹੁਕਮਨਾਮਾ ਸਾਹਿਬ, ਤੁਸੀਂ ਪੜ੍ਹ ਸਕਦੇ ਹੋ। ਆਓ ਚਲੀਏ ਜੀ ਅੰਦਰ। ਆਪਾਂ ਸਭ ਨੇ ਮਿਲ ਕੇ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਨੇ ਜੀ। ਆਜੋ ਹੁਣ ਆਪਾਂ ਚੱਲਦੇ ਹਾਂ ਜੀ ਉਹਨਾਂ ਇਤਿਹਾਸਕ ਰੁੱਖਾਂ ਨੂੰ ਦੇਖਦੇ ਹਾਂ ਜਿਹੜੇ ਕਿਲੇ ਦੇ ਰੂਪ ਦੇ ਵਿੱਚ ਉਰੇ ਗੱਡੇ ਸੀ ਮਹਾਰਾਜ ਨੇ, ਅੱਜ ਹਰੇ ਭਰੇ ਨੇ ਜੀ, ਆਪਾਂ ਦਰਸ਼ਨ ਕਰਦੇ ਹਾਂ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ। ਇਹ ਆ ਜੀ ਪਵਿੱਤਰ ਸਰੋਵਰ ਸਾਹਿਬ ਜੀ ਬਣਿਆ ਹੋਇਆ ਆ, ਜਿਹੜੇ ਆਪਣੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀ ਯਾਦਗਾਰ ਨੂੰ
ਸਮਰਪਿਤ ਜੀ ਇਹ ਸਰੋਵਰ ਸਾਹਿਬ ਬਣਾਇਆ ਗਿਆ ਜੀ। ਕੰਧਾਂ ਦੇ ਉੱਤੇ ਆਪਾਂ ਦੇਖ ਸਕਦੇ ਹਾਂ ਤਸਵੀਰਾਂ ਵੀ ਬਣੀਆਂ ਹੋਈਆਂ ਨੇ। ਆ ਜਾਓ ਹੁਣ ਆਪਾਂ ਉਹਨਾਂ ਇਤਿਹਾਸਕ ਰੁੱਖਾਂ ਦੇ ਦਰਸ਼ਨ ਕਰਦੇ ਹਾਂ ਜੀ, ਜਿਸ ਨਾਲ ਸਾਡੇ ਪਾਤਸ਼ਾਹ ਘੋੜੇ ਬੰਨ੍ਹਦੇ ਹੁੰਦੇ ਸੀਗੇ ਜੀ। ਕਿੱਲੇ ਦੇ ਰੂਪ ਦੇ ਵਿੱਚ ਉਹ ਦਰਖਤ ਸੀਗੇ ਜੀ। ਇਹ ਨੇ ਜੀ ਉਹ ਪਵਿੱਤਰ ਇਤਿਹਾਸਕ ਰੁੱਖ ਜੀ। ਦੋ ਰੁੱਖ ਬਿਰਧ ਹੋ ਗਏ ਨੇ ਅਤੇ ਇੱਕ ਰੁੱਖ ਅੱਜ ਵੀ ਹਰਿਆ ਭਰਿਆ ਆ ਜੀ, ਜਾਮਣ ਦੇ ਰੁੱਖ ਨੇ ਜੀ ਇਹ, ਜਿਹਨਾਂ ਨਾਲ ਸਾਡੇ ਦਸਵੇਂ ਪਾਤਸ਼ਾਹ ਆਪਣਾ ਘੋੜਾ ਬੰਨ੍ਹਦੇ ਹੁੰਦੇ ਸੀਗੇ ਜੀ। ਇਸ ਤੋਂ ਬਾਅਦ ਜੀ ਆਪਾਂ ਦਸਵੇਂ ਪਾਤਸ਼ਾਹ ਜੀ ਦਾ ਉਹ ਤਪ ਸਥਾਨ ਦੇਖਦੇ ਹਾਂ, ਜਿਸ ਜਗ੍ਹਾ ਸਾਡੇ ਪਾਤਸ਼ਾਹ ਨੇ ਭਗਤੀ ਕੀਤੀ ਸੀ ਜੀ। ਨਾਮ ਸਿਮਰਨ ਜਪਦੇ ਹੁੰਦੇ ਸੀ ਪਾਤਸ਼ਾਹ, ਅਤੇ ਉਸੇ ਜਗ੍ਹਾ 'ਤੇ ਪਾਤਸ਼ਾਹ ਉੱਥੇ ਪਿਛਲੇ ਪਾਸਿਓਂ ਪਾਣੀ ਲਿਆ ਕੇ ਨਦੀ ਦੇ ਵਿੱਚੋਂ ਇਸ਼ਨਾਨ ਕਰਦੇ ਹੁੰਦੇ ਸੀ, ਆਪਾਂ ਉਹ ਵੀ ਦੇਖਦੇ ਹਾਂ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ। ਆ ਜਾਓ ਜੀ ਆਪਾਂ ਹੁਣ ਉਸ ਪਵਿੱਤਰ ਖੂਹ ਦੇ ਦਰਸ਼ਨ ਕਰਦੇ ਹਾਂ, ਜਿਸ ਨੂੰ ਨਤਮਸਤਕ ਹੋਣ ਲਈ ਮਹਾਰਾਜਾ ਜੱਸਾ ਸਿੰਘ ਜੀ ਆਲੂਵਾਲੀਆ ਇਸ ਸਥਾਨ ਦੇ ਉੱਤੇ ਆਏ ਸੀ ਜੀ। ਅਤੇ ਇਸ ਖੂਹ ਦੀ ਸੇਵਾ ਤੁਸੀਂ ਪੜ੍ਹ ਵੀ ਸਕਦੇ ਹੋ, ਮਹਾਰਾਜਾ ਫਤਿਹ ਸਿੰਘ ਜੀ ਆਲੂਵਾਲੀਆ ਨੇ ਇਸ ਖੂਹ ਦੀ ਸੇਵਾ ਕਰਵਾਈ ਸੀ ਜੀ। ਇਹ ਆ ਜੀ ਉਹ ਇਤਿਹਾਸਕ ਖੂਹ ਜੀ ਦਸਵੇਂ ਪਾਤਸ਼ਾਹ ਦੇ ਵੇਲੇ ਦਾ ਜੀ। ਆਜੋ ਜੀ ਆਪਾਂ ਹੁਣ ਉਸ ਪਵਿੱਤਰ ਅੰਬ ਦੇ ਬੂਟੇ ਦੇ ਦਰਖਤ ਦੇ ਦਰਸ਼ਨ ਕਰਦੇ ਹਾਂ, ਜਿਹੜਾ ਸਾਡੇ ਦਸਵੇਂ ਪਾਤਸ਼ਾਹ ਨੇ ਜੀ ਆਪਣੇ ਹੱਥੀ ਲਾਇਆ ਸੀ ਜੀ। ਇੱਕ ਉਰੇ ਤੁਹਾਨੂੰ ਗੱਲ ਹੋਰ ਦੱਸਦੇ ਹਾਂ ਜੀ, ਆਪਾਂ ਰਾਏਕੋਟ ਵੀ ਦੇਖਿਆ ਸੀਗਾ, ਜਿਹੜਾ ਸਥਾਨ ਆ ਮਹਾਰਾਜ ਦਾ ਬਣਿਆ ਹੋਇਆ ਰਾਏਕੋਟ, ਅਤੇ ਇਸ ਜਗ੍ਹਾ ਵੀ ਜਿਹਨਾਂ ਲੋਕਾਂ ਦੇ ਘਰ ਨਹੀਂ ਬਣੇ ਹੁੰਦੇ ਨਾ ਜੀ, ਉਹ ਇਸ ਜਗ੍ਹਾ ਆ ਕੇ ਇੱਟਾਂ ਦਾ ਘਰ ਬਣਾਉਂਦੇ ਨੇ ਅਤੇ ਮੰਨਤ ਮੰਗਦੇ ਨੇ ਵੀ ਇਹ ਸੱਚੇ ਪਾਤਸ਼ਾਹ ਸਾਡਾ ਘਰ ਬਣ ਜਾਵੇ। ਅਤੇ ਦਸਵੇਂ ਪਾਤਸ਼ਾਹ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ, ਆਪਾਂ ਦੇਖ ਸਕਦੇ ਹਾਂ ਸਕਰੀਨ ਦੇ ਉੱਤੇ ਵੀ ਜੀ ਨਾ, ਲੋਕ ਆ ਕੇ ਇੱਟਾਂ ਦੇ ਉਰੇ ਘਰ ਬਣਾਉਂਦੇ ਨੇ ਜੀ। ਇਹ ਦੇਖ ਸਕਦੇ ਹਾਂ ਪਿੰਡਾਂ ਦੇ ਘਰ ਬਣੇ ਹੋਏ ਜਿਨ੍ਹਾਂ ਦੇ ਘਰ ਨਹੀਂ ਬਣੇ ਹੁੰਦੇ। ਅਤੇ ਇਹ ਆ ਜੀ ਉਹ ਪਵਿੱਤਰ ਅੰਬ ਦਾ ਰੁੱਖ ਜੀ, ਜਿਹੜਾ ਮੇਰੇ ਦਸਵੇਂ ਪਾਤਸ਼ਾਹ ਨੇ ਜੀ ਆਪਣੇ ਹੱਥੀ ਲਾਇਆ ਸੀ ਜੀ। ਇਹ ਆ ਜੀ ਉਹ ਰੁੱਖ ਜੀ ਜਿਹੜਾ ਸਾਡੇ ਪਾਤਸ਼ਾਹ ਨੇ ਹੱਥੀ ਲਾਇਆ ਸੀ ਜੀ। ਇਹਦੇ ਨਾਲ ਸੰਗਤ ਹੋਰ ਵੀ ਅੰਬ ਦੇ ਬੂਟੇ ਲਾ ਕੇ ਜਾਂਦੀ ਆ ਜੀ, ਅਤੇ ਇਹ ਉਹੀ ਇਤਿਹਾਸਕ ਰੁੱਖ ਆ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਜੀ। ਜੇਕਰ ਤੁਹਾਨੂੰ ਸਾਡੀਆਂ ਇਤਿਹਾਸਕ ਵੀਡੀਓ ਜਾਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਅਸੀਂ ਬਹੁਤ ਮਿਹਨਤ ਕਰਦੇ ਹਾਂ ਇਹਨਾਂ ਇਤਿਹਾਸਕ ਸਥਾਨਾਂ ਨੂੰ ਲੱਭਦੇ ਹਾਂ, ਫਿਰ ਉਹਨਾਂ ਨੂੰ ਵੀਡੀਓ ਬਣਾਉਂਦੇ ਹਾਂ ਜੀ, ਪਾਉਂਦੇ ਹਾਂ, ਆਪ ਦਰਸ਼ਨ ਕਰਦੇ ਹਾਂ, ਤੁਹਾਡੇ ਕਰਾਉਂਦੇ ਹਾਂ। ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਆ ਕਰੋ ਜੀ, ਸਾਡਾ ਹੌਸਲਾ ਵਧਾਇਆ ਕਰੋ ਜੀ। ਇਸ ਸਥਾਨ ਉੱਪਰ ਜੀ ਬਾਬਾ ਅਜੀਤ ਸਿੰਘ ਜੀ ਦੇ ਨਾਮ ਉੱਪਰ ਯਾਤਰੀ ਨਿਵਾਸ ਬਣਿਆ ਹੋਇਆ, ਜਿੱਥੇ ਆਪਾਂ ਆਪਣੇ ਰਹਿਣ ਲਈ ਕਮਰੇ ਲੈ ਸਕਦੇ ਹਾਂ ਜੀ। ਇਸ ਸਾਈਡ ਬਣਿਆ ਹੋਇਆ ਜੀ ਅਸਥਾਨ ਦਸਵੇਂ ਪਾਤਸ਼ਾਹ ਦਾ, ਅਤੇ ਅਸਥਾਨ ਦੇ ਬਿਲਕੁਲ ਪਿਛਲੇ ਪਾਸੇ ਜੀ ਇਹ ਬਣਿਆ ਹੋਇਆ ਪਾਤਸ਼ਾਹ ਦਾ ਤਪ ਅਸਥਾਨ ਜੀ। ਆ ਜਾਓ ਆਪਾਂ ਇਸ ਤਪ ਅਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਉੱਚੀ ਚੋਟੀ ਦੇ ਉੱਤੇ ਇਹ ਤਪ ਅਸਥਾਨ ਬਣਿਆ ਹੋਇਆ ਜੀ, ਜਿਹੜੀਆਂ ਰੈਪ ਬਣਿਆ ਹੋਇਆ ਇਹ ਚੜ੍ਹ ਕੇ ਉੱਪਰ ਜਾਣਾ ਪੈਂਦਾ ਆ,
ਆਜੋ ਆਪਾਂ ਚੱਲਦੇ ਹਾਂ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ ਉਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਮੇਰੇ ਦਸਵੇਂ ਪਾਤਸ਼ਾਹ ਜੀ ਤਪ ਕਰਦੇ ਹੁੰਦੇ ਸੀ, ਭਗਤੀ ਕਰਦੇ ਹੁੰਦੇ ਸੀ। ਅਤੇ ਇਹ ਬਣਿਆ ਹੋਇਆ ਸਾਹਮਣੇ ਅਸਥਾਨ ਜੀ, ਬਹੁਤ ਸੋਹਣਾ ਹੈ, ਛੋਟਾ ਜਿਹਾ ਅਸਥਾਨ ਬਣਿਆ ਹੋਇਆ ਜੀ, ਜਾਣੀ ਮਨ ਨੂੰ ਇੱਕ ਸਕੂਨ ਆਉਂਦਾ ਆ। ਬਹੁਤ ਸੋਹਣਾ ਅਸਥਾਨ ਆ, ਜਾਣੀ ਜ਼ਮੀਨ ਨਾਲੋਂ ਮੇਰੇ ਹਿਸਾਬ ਨਾਲ 100-150 ਫੁੱਟ ਉੱਚਾ ਹੋਣਾ ਹੈ ਅਸਥਾਨ ਜੀ। ਅਤੇ ਆ ਜਾਓ ਆਪਾਂ ਇਸ ਅਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਬਾਲ ਜੁਆਨੀ ਅਰ ਵੀਰ ਦੁਪਨ ਤੀਨ ਅਵਸਥਾ ਦਾਨ ਹਉ ਨਾਨਕ ਘਰ ਭਜਨ ਦਿਨ ਵੀਰਤਾ ਸਭ ਹੀ ਕਰਨੋ ਹੋ ਤੋ ਸੁਨਾ ਕਿਓ ਜਬ ਪੜੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕਿਓ ਨ ਕੋਏ। ਆਪਾਂ ਸਭ ਨੇ ਜੀ ਇਸ ਸਥਾਨ ਦੇ ਦਰਸ਼ਨ ਕਰ ਲਏ ਹਨ। ਗੁਰਦੁਆਰਾ ਸਾਹਿਬ ਦੇ ਨਾਲ ਹੀ ਬਣੀ ਹੋਈ ਹੈ ਜੀ ਬਹੁਤ ਸੋਹਣੀ ਪਾਰਕ, ਜਿੱਥੇ ਆਪਾਂ ਕੁਝ ਸਮਾਂ ਬੈਠ ਸਕਦੇ ਹਾਂ, ਸਿਮਰਨ ਕਰ ਸਕਦੇ ਹਾਂ, ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਹਾਂ ਜੀ। ਅਤੇ ਬਹੁਤ ਸ਼ਾਂਤੀ ਹੈ ਇਸ ਅਸਥਾਨ ਉੱਪਰ। ਜਦੋਂ ਵੀ ਤੁਸੀਂ ਪਾਉਂਟਾ ਸਾਹਿਬ ਨੂੰ ਜਾਓ ਤਾਂ ਇਸ ਅਸਥਾਨ ਉੱਪਰ ਜ਼ਰੂਰ ਰੁਕਿਓ ਜੀ। ਗੁਰਦੁਆਰਾ ਸਾਹਿਬ ਵਿੱਚ ਨਵੀਂ ਇਮਾਰਤ ਦੀ ਕੰਸਟਰਕਸ਼ਨ ਹੋ ਰਹੀ ਹੈ, ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ। ਆਓ ਜੀ ਹੁਣ ਆਪਾਂ ਚੱਲਦੇ ਹਾਂ ਲੰਗਰ ਹਾਲ ਵੱਲ ਨੂੰ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਮਿਲ ਕੇ ਜੀ ਗੁਰਦੁਆਰਾ ਸ਼੍ਰੀ ਟੋਕਾ ਸਾਹਿਬ ਦਾ ਇਤਿਹਾਸ ਜਾਣ ਲਿਆ ਹੈ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਹਨ। ਇਸ ਤੋਂ ਬਾਅਦ ਜੀ ਆਪਾਂ ਚੱਲਾਂਗੇ ਪਵਿੱਤਰ ਧਰਤੀ ਸ਼੍ਰੀ ਪਾਉਂਟਾ ਸਾਹਿਬ ਵਿਖੇ ਜੀ, ਆਪਾਂ ਉਸ ਅਸਥਾਨ ਦੇ ਦਰਸ਼ਨ ਕਰਾਂਗੇ ਜੀ। ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਥਾਨ ਬਣੇ ਹੋਏ ਨੇ ਦਸਵੇਂ ਪਾਤਸ਼ਾਹ ਦੇ ਜੀ, ਆਪਾਂ ਉਹਨਾਂ ਸਾਰਿਆਂ ਨੂੰ ਵੀ ਦੇਖਾਂਗੇ, ਦਰਸ਼ਨ ਕਰਾਂਗੇ ਜੀ। ਇਸ ਲਈ ਸਾਡੇ ਨਾਲ ਜੁੜੇ ਰਹੋ ਜੀ, ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਜੇਕਰ ਤੁਹਾਨੂੰ ਵੀਡੀਓ ਇਹ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੀ। ਹੁਣ ਆਪਾਂ ਮਿਲਾਂਗੇ ਅਗਲੇ ਸਥਾਨ 'ਤੇ, ਤਦ ਤੱਕ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।